नमस्कार, प्राइम के न्यूज में आपका स्वागत है। इस वक्त की खबर चंडियाला गुरु से। चंडियाला गुरु के वैरवाल रोड स्थित एक घर पर कुछ अज्ञात व्यक्तियों ने फायरिंग कर दी। अज्ञात लोगों द्वारा करीबन 4 से 5 फायर किए गए हैं। पुलिस अधिकारी मौके पर पहुंचे, जांच पड़ताल में जुटे हुए। पुलिस आसपास के सीसीटीवी कैमरे की भी जांच कर रही। पता लगाया जा रहा है कि मामले को लेकर कोई पुरानी रंजिश तो नहीं थी। फायरिंग मोटरसाइकिल पर सवार लोगों द्वारा ही की गई है। वहीं पुलिस अधिकारी का कहना है कि युवक मोटरसाइकिल पर सवार था, उसने मुंह बांधा हुआ था। इस मौके पर 5 पुलिस अधिकारी मौके पर पहुंचे, जांच पड़ताल में जुटे हुए हैं। वहीं इस मौके पर पत्रकार से बातचीत करते हुए कुलवंत सिंह मान ने कहा है कि उनका नाम दर्ज है, वे छुपे हुए थे और सीधे 4 से 5 गोलियां उन्होंने चलाई हुई। आसपास के सीसीटीवी कैमरे चेक किए जा रहे हैं, क्या यह फायरिंग की गई है, इस बारे में जांच की जा रही है। मामला दर्ज कर जल्द ही वाहन और अपराधियों को गिरफ्तार कर लिया जाएगा। प्राइम के न्यूज चैनल के लिए प्रगट सिंह जंडियाला। हाँ जी, की नाम जी? सतनाम सिंह जी। सतनाम सिंह जी, की गल हुई है जी? कोई पता ही नहीं है जी सानू इस गल बारे की घटना वापरी है। वैसे मैं सवेरे काम से गया ही जी, तो ब्रदर साहब फोन किया भी गेट के उत्ते फायर मार के गए कोई शरारती आंसर जी। किन्ने जाने हैं टोटल? टोटल इन्हों के कहने के मुताबिक 2 जाने ही जी। ਕਿੰਨੇ ਕੁ ਵਜੇ ਦਾ ਟਾਈਮ ਸੀ? 9:30 ਦੇ ਕਰੀਬ। ਕੀ ਹੁਣ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਕੰਪਲੇਂਟ ਕੀਤੀ ਗਈ ਤੁਹਾਡੇ ਵੱਲੋਂ? ਜੀ ਬਿਲਕੁਲ ਜੀ, ਅਤੇ ਪ੍ਰਸ਼ਾਸਨ ਪਹੁੰਚਿਆ ਵੀ ਹੈ ਮੌਕੇ 'ਤੇ ਜੀ। ਇਸ ਵੇਲੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਚੱਲ ਰਹੀ ਅੰਦਰ ਜੀ। ਕੋਈ ਪੁਰਾਣੀ ਰੰਜਿਸ਼? ਬਿਲਕੁਲ ਨਹੀਂ, ਕੋਈ ਨਹੀਂ। ਕੀ ਹੁਣ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਕੀ ਆਸ਼ਵਾਸਨ ਦਿਲਵਾਇਆ ਗਿਆ ਤੁਹਾਨੂੰ? ਪ੍ਰਸ਼ਾਸਨ ਵੱਲੋਂ ਤਾਂ ਵੈਸੇ ਇਹੀ ਆ ਵੀ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਏਗੀ ਜੀ। ਅਤੇ ਸਾਡਾ ਆਪਣਾ ਵੀ ਇੱਕ ਮਨ ਦੀ ਗੱਲ ਵੀ ਹੈਗੀ ਆ ਵੀ ਕਾਰਵਾਈ ਸਖਤ ਵੀ ਹੋਣੀ ਚਾਹੀਦੀ ਆ। ਜੇ ਮੁਕੰਮਲ ਤੌਰ 'ਤੇ ਨਹੀਂ ਬੰਦੇ ਅਰੈਸਟ ਹੁੰਦੇ, ਤਾਂ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਇਨਕਾਊਂਟਰ ਸਪੈਸ਼ਲਿਸਟ ਸੱਦੇ ਸੀ, ਇਹਨਾਂ ਵਾਸਤੇ ਵੀ ਜਿਹੜਾ ਕੋਈ ਇਹੋ ਜਿਹਾ ਸ਼ਰਾਰਤੀ ਆਂਸਰ ਗਰਮ ਮਾਹੌਲ ਪੈਦਾ ਕਰਦਾ ਵਾ, ਇਹਨਾਂ ਵਾਸਤੇ ਸਪੈਸ਼ਲ ਇਨਕਾਊਂਟਰ ਹੀ ਮਸਲਾ ਹੱਲਿਆ ਜੀ। ਜੇ ਨਹੀਂ ਫੜੇ ਜਾਂਦੇ ਕਿਸੇ 'ਤੇ ਸ਼ੱਕ ਹੋਵੇ ਤੁਹਾਨੂੰ? ਬਿਲਕੁਲ ਨਹੀਂ ਜੀ, ਕੋਈ ਸ਼ੱਕ ਨਹੀਂ ਜੀ, ਕੋਈ ਸਾਡੀ ਰੰਜਿਸ਼ ਨਹੀਂ ਕਿਸੇ ਨਾਲ ਜੀ, ਕੋਈ ਵੈਰ ਵਿਰੋਧ ਨਹੀਂ ਆ। ਵੀ ਇਹ ਕੰਮ ਕਿਉਂ ਹੋਇਆ ਸਾਨੂੰ ਇਸ ਬਾਰੇ ਨਹੀਂ ਪਤਾ ਗਾ ਜੀ। ਠੀਕ ਹੈ। ਹਾਂਜੀ ਸਰ, ਅੱਜ ਜਿਹੜੀ ਫਾਇਰਿੰਗ ਹੋਈ ਹੈ ਘਰ ਦੇ ਉੱਪਰ, ਕੀ ਕਾਰਵਾਈ ਕੀਤੀ ਜਾ ਰਹੀ ਜੀ ਤੁਹਾਡੇ? ਹਾਂਜੀ, ਇੱਕ ਨਾ ਸਾਡੇ ਇੱਥੇ ਜੰਡਿਆਲੇ ਤੋਂ ਵੈਰਵਾਲ ਰੋਡ 'ਤੇ ਗੁਰਦੁਆਰਾ ਸਾਹਿਬ ਪੈਂਦਾ, ਉਹਦੇ ਲਾਗੇ ਮਾਨ ਸਿੰਘ ਹੋਣਾ ਦਾ ਘਰ ਆ, ਜਿਨ੍ਹਾਂ ਦਾ ਟੇਲਰਿੰਗ ਦਾ ਕੰਮ ਆ। ਇਹ 9:45 ਦੋ ਅਨਨੋਨ ਬੰਦੇ ਮੋਟਰਸਾਈਕਲ 'ਤੇ ਆਉਂਦੇ ਆ, ਜਿਨ੍ਹਾਂ ਨੇ ਆਪਣਾ 5 ਫਾਇਰ ਕੀਤੇ ਆ, ਮੂੰਹ ਬੰਨੇ ਹੋਏ ਸੀਗੇ ਉਹਨਾਂ ਦੇ। ਅਤੇ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਲੈ ਰਹੇ ਹਾਂ, ਇੱਥੇ ਆਪਣਾ ਇੱਕ ਕੈਮਰੇ ਟਟੋਲ ਰਹੇ ਹਾਂ ਸਾਰੇ, ਅਤੇ ਪਲੱਸ ਇਹਨਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਅਤੇ ਬਾਕੀ ਜਿਹੜੀ ਤਫਤੀਸ਼ ਆ ਉਹ ਲੈਂਦੀ ਪਏਗੀ ਸਾਨੂੰ। ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਇਹਨਾਂ ਦਾ ਝਗੜਾ ਕਿਸੇ ਦੇ ਨਾਲ ਹੋਵੇ? ਹਾਲ ਦੀ ਘੜੀ ਫਿਲਹਾਲ ਕੋਈ ਐਵੇਂ ਦੀ ਗੱਲ ਸਾਹਮਣੇ ਆਈ ਨਹੀਂ ਗੀ, ਬਾਕੀ ਇਹਨਾਂ ਨੂੰ ਕਲੀਅਰ ਕਰਦੇ ਹਾਂ ਸਾਰੀ ਗੱਲ। ਮੁੱਢਲੀ ਤਫਤੀਸ਼ ਦੇ ਵਿੱਚ ਕੀ ਸਾਹਮਣੇ ਆ? ਫਿਲਹਾਲ ਹਾਲੇ ਕੁਛ ਨਹੀਂ ਕਹਿ ਸਕਦੇ, ਆਪਾਂ ਇਨਵੈਸਟੀਗੇਟ ਕਰਕੇ ਫਿਰ ਹੀ ਕਲੀਅਰ ਕਰਦੇ।